हमारे न्यूज़ चैनल को सब्सक्राइब करें और अपने शहर की लेटेस्ट न्यूज़ वीडियोस देखने के लिए साथ में लगे घंटी वाले बटन को दबाएं। ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਸਕਟਬਾਲ ਦੇ ਹੋਏ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿੱਚ ਜਮਾਲਪੁਰ ਦੇ DCM ਪ੍ਰੈਜ਼ੀਡੈਂਟੀ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਅੰਡਰ 17 ਵਿੱਚ ਸੈਕਿੰਡ ਅਤੇ ਅੰਡਰ 14 ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅੱਜ ਗੁਰੂ ਦਾ ਸ਼ੁਕਰਾਨਾ ਕਰਨ ਲਈ ਖਿਡਾਰਨਾਂ ਨੇ ਕੋਚ ਸਰਬਜੀਤ ਕੌਰ ਅਤੇ ਸੰਦੀਪ ਕੌਰ ਦੀ ਅਗਵਾਈ ਵਿੱਚ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ 'ਤੇ ਸਰਪੰਚ ਸੇਵਾ ਸਿੰਘ ਗਿਆਸਪੁਰਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਜਸਵਿੰਦਰ ਮਾਨ, ਸਾਬਕਾ ਕੌਂਸਲਰ ਕੁਲਵੰਤ ਕਾਂਤੀ ਅਤੇ ਮੁਕੇਸ਼ ਕੁਮਾਰ ਵੀ ਮੌਜੂਦ ਸਨ। ਐਨਕਾਊਂਟਰ ਨਿਊਜ਼ ਲੁਧਿਆਣਾ ਤੋਂ ਲਖਵੀਰ ਸਿੰਘ ਦੀ ਰਿਪੋਰਟ। ਅੱਜ ਅਸੀਂ ਗੁਰਦੁਆਰ ਐਕਸਟੈਂਸ਼ਨ ਮਡਲ ਤੋਂ ਇੱਥੇ ਆਏ ਸੀ। ਇੱਥੇ ਸਾਨੂੰ ਬਾਸਕਟਬਾਲ ਦੇ ਸਟੂਡੈਂਟ ਮਿਲੇ, ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਉਹ ਬੜੇ ਖੁਸ਼ ਹੋਏ। ਅਸੀਂ ਵੀ ਉਹਨਾਂ ਨਾਲ ਰੱਖ ਕੇ ਬਹੁਤ ਖੁਸ਼ ਹੋਏ। ਮੈਂ ਸਰਬਜੀਤ ਕੌਰ, ਅੱਜ DCM ਪ੍ਰੈਜ਼ੀਡੈਂਸੀ ਸਕੂਲ ਦੇ ਬੱਚੇ ਲੈ ਕੇ ਬਾਬਾ ਦੀਪ ਸਿੰਘ ਔਰ ਗੁਰਦੁਆਰਾ ਗੁਰੂ ਸ਼੍ਰੀ ਗੁਰੂ ਸਿੰਘ ਸਭਾ ਸਾਹਿਬ ਵਿਖੇ ਬੱਚਿਆਂ ਦੀ ਜਿੱਤ ਤੋਂ ਬਾਅਦ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਹਾਂ ਕਿ ਇਸ ਤਰ੍ਹਾਂ ਹੀ ਆਪਣਾ ਮਿਹਰ ਭਰਿਆ ਹੱਥ ਸਾਡੇ ਸਕੂਲ ਦੇ ਬੱਚਿਆਂ 'ਤੇ ਰੱਖਣ ਅਤੇ ਇਹ ਜਿੱਤ ਦਾ ਦਾਨ ਸਾਨੂੰ ਹਮੇਸ਼ਾ ਬਖਸ਼ਦੇ ਰਹਿਣ। ਧੰਨਵਾਦ। ਮੇਰਾ ਨਾਮ ਪ੍ਰੀਤੀ ਹੈ। ਹਮ ਨਾਨੇਵਾਲ ਜ਼ੋਨ ਕੀ ਤਰਫ ਸੇ ਡਿਸਟ੍ਰਿਕਟ ਖੇਲ ਕੇ ਆਏ ਹੈ। ਹਮ ਸੈਕਿੰਡ ਆਏ ਹੈ। ਉਸਕੇ ਬਾਅਦ ਬਾਬਾ ਜੀ ਕੇ ਪਾਸ ਹਮ ਮੱਥਾ ਟੇਕਣੇ ਆਏ ਕਿ ਐਸੇ ਹਮਾਰੇ ਉੱਪਰ ਮਿਹਰ ਰੱਖੇ ਔਰ ਹਮੇਂ ਜਿਤਾਤੇ ਰਹੇ, ਹਮੇਂ ਮਿਹਨਤ ਕਾ ਫਲ ਦੇਤੇ।